ਗੜਸ਼ੰਕਰ ਦੇ ਕਸਬਾ ਸਹਿਲਾ ਖੁਰਦ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ 5 ਗੱਡੀਆਂ ਦੇ ਸਵਾਰ ਹੋ ਕੇ ਆਏ ਨੌਜਵਾਨ ਸਮਾਨ ਦੀ ਖਰੀਦ ਕਰਨ ਸਮੇਂ ਦੁਕਾਨਦਾਰ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉੱਥੇ ਗੁੱਸੇ ਵਿੱਚ ਆਏ ਲੋਕਾਂ ਨੇ ਗੱਡੀ ਨੂੰ ਅੱਗ ਲਾ ਦਿੱਤੀ। ਜਾਣਕਾਰੀ ਦਿੰਦਿਆਂ ਮੌਜੂਦ ਲੋਕਾਂ ਨੇ ਦੱਸਿਆ ਕਿ 4 ਤੋਂ 5 ਗੱਡੀਆਂ ਵਿੱਚ ਸਵਾਰ ਨੌਜਵਾਨ ਜਿਹੜੇ ਕਿ ਹੁਸ਼ਿਆਰਪੁਰ ਤੋਂ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ ਤਾਂ ਜਦੋਂ ਸਹਿਲਾ ਖੁਰਦ ਵਿਖੇ ਪੁੱਜੇ ਤਾਂ ਉਹ ਇੱਕ ਦੁਕਾਨ 'ਤੇ ਸਮਾਨ ਲੈਣ ਲਈ ਉਤਰੇ। ਉੱਥੇ ਦੁਕਾਨਦਾਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ ਅਤੇ ਨੌਜਵਾਨ ਨੇ ਗੱਡੀਆਂ ਵਿੱਚੋਂ ਹਥਿਆਰ ਲੈ ਕੇ ਦੁਕਾਨਦਾਰ ਮਾਲਕ ਗੁਲਸ਼ਨ ਕੁਮਾਰ ਵਾਸੀ ਪੱਦੀ ਖੁਸ਼ੀ ਦੇ ਲੜਕੇ ਦੇ ਰਾਹੁਲ 'ਤੇ ਤਾਬੜਤੋੜ ਹਮਲਾ ਕਰ ਦਿੱਤਾ। ਉੱਧਰ ਦੂਜੇ ਪਾਸੇ ਗੁੱਸੇ ਵਿੱਚ ਆਏ ਲੋਕਾਂ ਨੇ ਗੱਡੀ ਨੂੰ ਅੱਗ ਲਾ ਦਿੱਤੀ। ਇਸ ਹਾਦਸੇ ਦੌਰਾਨ ਜ਼ਖਮੀ ਨੂੰ ਸਿਵਲ ਹਸਪਤਾਲ ਮਾਲਪੁਰ ਲਿਆਂਦਾ ਗਿਆ ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਮੌਕੇ ਮੌਜੂਦ ਲੋਕਾਂ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਹੋਲੇ ਮਹੱਲੇ ਨੂੰ ਲੈ ਕੇ ਪੁਲਿਸ ਵੱਲੋਂ ਟ੍ਰੈਫਿਕ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਵੀ ਘੰਟਿਆਂ ਬਾਅਦ ਪਹੁੰਚੀ। ਆਓ ਦੇਖਦੇ ਹਾਂ ਬਿੱਟੂ ਚੌਹਾਨ ਦੀ ਪੂਰੀ ਰਿਪੋਰਟ। ਇਸ ਵੇਲੇ ਪ੍ਰਸ਼ਾਸਨ ਦਾ ਬਿਲਕੁਲ ਕੰਟਰੋਲ ਹੈ ਨਹੀਂ ਬਾਜ਼ਾਰ ਦੇ ਵਿੱਚ। ਇੱਦਾਂ ਦੀ ਲੋਕਾਂ ਦੀ ਇੱਕ ਤਰ੍ਹਾਂ ਬਹੁਤ ਜ਼ਿਆਦਾ ਲੋਕ ਸਹਿਮੇ ਹੋਏ ਇਹਨਾਂ ਤੋਂ, ਲੋਕ ਡਰਦੇ ਆ। ਘਟਨਾ ਹੋਈ ਹੈ, ਘਟਨਾ ਹੋਈ ਆ, ਬਹੁਤ ਹੀ ਮਾੜੀ ਹੋਈ ਆ। ਇੱਦਾਂ ਹੋਣੀ ਨਹੀਂ ਚਾਹੀਦੀ ਸੀ। ਮੇਲਾ ਬਹੁਤ ਸ਼ਾਂਤੀਪੂਰਵਕ ਚੱਲ ਰਿਹਾ ਸੀਗਾ, ਬਹੁਤ ਹੀ ਸੋਹਣੇ ਤਰੀਕੇ ਨਾਲ ਚੱਲ ਰਿਹਾ ਸੀਗਾ। ਪ੍ਰਸ਼ਾਸਨ ਦੀ ਕਮੀ ਕਾਰਨ ਇਹ ਘਟਨਾ ਵਾਪਰੀ ਹੈ। ਮੈਂ ਸਾਰੇ ਨੂੰ ਮੇਲੇ ਵਾਲਿਆਂ ਨੂੰ ਵੀ ਬੇਨਤੀ ਕਰਦਾ ਬੜੀ ਸ਼ਾਂਤੀ ਬਣਾਈ ਰੱਖਣ ਅਤੇ ਇੱਦਾਂ ਦੀਆਂ ਹਰਕਤਾਂ ਨਾਲ। ਅਤੇ ਕੀ ਕੀਤਾ, ਕੀ ਹੈਗਾ ਨੌਜਵਾਨਾਂ ਨੇ ਗੱਡੀ ਨੂੰ? ਕੋਈ ਸੌਦੇ ਇਹਨਾਂ ਨੇ ਲਏ ਜੀ ਆ, ਜਿਹੜੇ ਚੀਪਾਂ ਵਾਲੇ ਮੁੰਡੇ ਆ, ਇਹਨਾਂ ਨੇ ਦੁਕਾਨਦਾਰ ਕੋਲ ਸੌਦੇ ਦੀ ਮੰਗ ਕੀਤੀ, ਉੱਥੋਂ ਇਹਨਾਂ ਦੀ ਤਕਰਾਰ ਬਣੀ। ਪੰਜਾਬ ਦੇ ਵਿੱਚ ਕੋਈ ਸੌਦੇ ਕਰਨ ਵੇਲੇ ਇਹਨਾਂ ਦੀ ਕੋਈ ਝਗੜਾ ਹੋ ਗਿਆ ਅਤੇ ਝਗੜੇ ਨਾਲ ਗੱਡੀ ਨੂੰ ਵੀ ਅੱਗ ਲਾਈ ਹੈ ਅਤੇ ਅਸੀਂ ਮੌਕੇ 'ਤੇ ਪਹੁੰਚ ਗਏ ਹਾਂ। ਬਿਆਨ ਲੈ ਕੇ ਪੀੜਤਾਂ ਦੇ ਬਿਆਨ ਲੈ ਕੇ ਬਣਦੀ ਕਾਰਵਾਈ। ਕਿੱਥੇ ਹੋਈ ਇਹ? ਸਰ ਪਤਾ ਲੱਗਿਆ ਕੋਈ ਕਾਰਨ ਲੜਾਈ ਦਾ? ਕੋਈ ਪਤਾ ਕਿੰਨੇ ਬਿਆਨ ਲੈਣ ਤੋਂ ਬਾਅਦ ਪਤਾ ਲੱਗਿਆ ਕਿੰਨੇ ਵਿਅਕਤੀ ਸੀ ਇੱਦਾਂ ਕੋਈ ਪਤਾ ਲੱਗਿਆ? ਹਾਲੇ ਕੋਈ ਪਤਾ ਲੱਗਿਆ।